6 महीने ਦੇ ਵਿੱਚ ਕੈਨੇਡਾ ਦੇ ਵਿੱਚ ਕੀ ਕੀ ਅਬਜ਼ਰਵ ਕੀਤਾ ਤੇ ਅੱਜ ਮੈਂ ਤੁਹਾਨੂੰ ਦੱਸਾਂਗਾ 5 ਗੁੱਡ ਥਿੰਗਸ ਐਂਡ 5 ਬੈਡ ਥਿੰਗਸ ਅਬਾਊਟ ਕੈਨੇਡਾ ਬੈਡ ਥਿੰਗ ਅਬਾਊਟ ਕੈਨੇਡਾ ਇਜ਼ ਆਫਟਰ ਟ੍ਰਾਂਸਪੋਰਟੇਸ਼ਨ ਸਿਸਟਮ ਇਜ਼ सत श्रीकाल जी सारा थोड़ा सारा स्वागत है मेरे यूट्यूब चैनल से। अज हैगी 23 फरवरी 2023 तो इट्स बीन मोर दैन 6 मंथ्स मैनू कैनेडा लैंड हुए 6 मंथ्स हो गए ने नॉट मोर दैन 6 मंथ्स टूडे आई कंप्लीटेड 6 मंथ्स इन कैनेडा। सो मैं सोचा कि मैं एक वीडियो बनावा अपने परसनल एक्सपीरियंस के नाल कि मैं 6 महीने के कैनेडा के की ऑब्जर्व किया तो अज मैं तुम दसागा 5 गुड थिंग्स एंड 5 बैड थिंग्स अबाउट कैनेडा। दिस इज आल आईव नोटिस आफ्टर गैटिंग परसनल एक्सपीरियंस इन कैनेडा। सो कुछ चीज़ा मैं नोट कीतियाँ ऑब्जर्व कीतियाँ तो अज मैं तुम्हें शेयर कराँगा। हम चलते हैं तुम पहली गुड थिंग्स नाल शुरुआत करांगे। तो स्नोफॉल बड़ी होती कल की हो रही है तो वेखो सारा वाइट होया पाया। तुम दस दें तू सब तो पहला 5 गुड थिंग्स अबाउट कैनेडा सीधा स्टार्ट करते हैं। भाई पहली गुड थिंग कैनेडा की हैगी एनवायरमेंट। अज का एनवायरमेंट नहीं उदा ओवरऑल एनवायरमेंट एनवायरमेंट किदा वा गुड कैनेडा की पहली गुड थिंग असली कही है क्योंकि इतने एक तो क्लीनलीनेस बहुत ज़्यादा वा पोल्यूशन बिल्कुल नहीं गा फ्रैश एयर आ नॉइज़ पोल्यूशन बिल्कुल नहीं होता सड़क से कोई होंकिंग नहीं होंगी कुछ नहीं होंगी जो कि मैं पर्सनली एज कंपेयर टू इंडिया बहुत ज़्यादा फर्क लगा। क्लीन वाटर क्लीन एयर नो नॉइज़ पोल्यूशन एक पीसफुल एनवायरमेंट भी होंगे बहुत ज़्यादा वधिया फ्रैश एयर। बट अज का वैदर ਕੀ ਦੇਖ ਸਕਦੇ ਬਹੁਤ ਠੰਡਾ। ਸੋ ਇਹ ਸੀ ਪਹਿਲੀ ਚੀਜ਼ ਕੈਨੇਡਾ ਦੀ ਜੋ ਕਿ ਮੈਨੂੰ ਬਹੁਤ ਵਧੀਆ ਲੱਗੀ ਹੈ ਗੁੱਡ ਥਿੰਗ ਇਸ ਇਨਵਾਇਰਮੈਂਟ ਆਫ ਕੈਨੇਡਾ। ਹੁਣ ਚੱਲਦੇ ਹਾਂ ਸੈਕਿੰਡ ਥਿੰਗ ਵੱਲ ਤੇ ਸੈਕਿੰਡ ਥਿੰਗ ਅਬਾਊਟ ਕੈਨੇਡਾ ਇਸ ਵਿਚ ਇਜ਼ ਵੈਰੀ ਗੁੱਡ ਇਜ਼ ਜੈਨੂਅਲੀ ਗੁੱਡ ਐਂਡ ਫਰੈਂਡਲੀ ਪੀਪਲ ਇਨ ਕੈਨੇਡਾ। ਇਟ ਇਜ਼ ਵੈਰੀ ਫੇਮਸ ਦੈਟ ਮੋਸਟ ਆਫ ਦਾ ਪੀਪਲ ਆਰ ਵੈਰੀ ਫਰੈਂਡਲੀ ਐਂਡ ਦੇ ਆਰ ਵੈਰੀ ਹੈਲਪਫੁਲ they will say you sorry and thank you for no reason। ਤੇ ਮੈਂ ਕਿੱਦਾਂ ਕਹਿ ਰਿਹਾ ਮੈਂ ਕੀ ਨੋਟ ਕੀਤਾ ਪਰਸਨਲੀ ਕਿਉਂਕਿ ਜਦੋਂ ਵੀ ਆਪਾਂ ਇੱਥੇ ਜਾਵਾਂਗੇ ਨਾ ਸਪੋਜ਼ ਕਰੋ ਮੈਂ ਇੱਕ ਗਰੋਸਰੀ ਸਟੋਰ ਜਾ ਰਿਹਾ ਟਿਮ ਹੋਟਨ ਜਾ ਰਿਹਾ ਸਪੋਜ਼ ਕਰੋ ਇੱਥੇ ਵਿਦਆਊਟ ਐਨੀ ਰੀਜ਼ਨ ਤੁਹਾਡੇ ਲਈ ਗੇਟ ਖੋਲ ਕੇ ਖੜੇ ਹੋ ਜਾਣਗੇ ਤੁਹਾਨੂੰ ਜਾਣਦਾ ਹੋਵੇ ਨਾ ਜਾਣਦਾ ਹੋਵੇ ਕੋਈ ਹੋਵੇ ਨਾ ਹੋਵੇ ਜੇ ਤੁਹਾਡੀ ਗਲਤੀ ਨਹੀਂ ਵੀ ਹੋਊਗੀ ਤੁਹਾਡੇ ਅੱਗੇ ਕੋਈ ਬੰਦਾ ਆ ਗਿਆ ਤੁਹਾਨੂੰ ਸੌਰੀ ਕਹੂਗਾ ਵਿਦਆਊਟ ਐਨੀ ਰੀਜ਼ਨ ਥੈਂਕ ਯੂ ਕਹਿਣਗੇ ਜੇ ਤੁਸੀਂ ਉਹਨਾਂ ਦੀ ਹੈਲਪ ਕਰੋਗੇ ਤਾਂ ਹੱਸ ਕੇ ਗੱਲ ਕਰਨਗੇ ਸਮਾਈਲ ਕਰਕੇ ਗੱਲ ਕਰਨਗੇ। ਮੋਸਟ ਆਫ ਦਾ ਪੀਪਲ ਇੱਦਾਂ ਦੇ ਹੁੰਦੇ ਨੇ ਸਭ ਦੀ ਮੈਂ ਗੱਲ ਨਹੀਂ ਕਰ ਸਕਦਾ ਕਈ ਗੰਦੇ ਗਲਤ ਵੀ ਹੋ ਸਕਦੇ ਨੇ ਬਟ ਮੋਸਟ ਆਫ ਦਾ ਪੀਪਲ ਇਨ ਕੈਨੇਡਾ ਆਰ ਵੈਰੀ ਗੁੱਡ ਐਂਡ ਜਨਰਲੀ ਹੈਲਪਫੁਲ ਐਂਡ ਫਰੈਂਡਲੀ। ਇਹ ਸੀ ਸੈਕਿੰਡ ਥਿੰਗ ਵਿਚ ਇਜ਼ ਵੈਰੀ ਗੁੱਡ ਇਨ ਕੈਨੇਡਾ ਐਂਡ ਥਰਡ ਥਿੰਗ ਇਜ਼ ਐਂਡ ਥਰਡ ਗੁੱਡ ਥਿੰਗ ਇਨ ਕੈਨੇਡਾ ਇਜ਼ ਵੈਲਿਊ ਆਫ ਹਿਊਮਨ ਲਾਈਫ। ਇੱਥੇ ਹਿਊਮਨ ਲਾਈਫ ਦੀ ਵੈਲਿਊ ਬਹੁਤ ਜ਼ਿਆਦਾ ਹੈਗੀ ਆ ਐਜ਼ ਕੰਪੇਅਰ ਟੂ ਇੰਡੀਆ ਐਂਡ ਅਦਰ ਸਾਊਥ ਏਸ਼ੀਅਨ ਕੰਟਰੀਜ਼। ਉਹ ਮੈਂ ਪਰਸਨਲ ਇੱਕ ਤੁਹਾਡੇ ਨਾਲ ਐਕਸਪੀਰੀਅੰਸ ਆਹੀ ਮੈਂ ਤੁਹਾਨੂੰ ਸ਼ੇਅਰ ਕਰਦਾ ਕਿਉਂ ਇੱਥੇ ਹਿਊਮਨ ਲਾਈਫ ਦੀ ਵੈਲਿਊ ਹੈਗੀ ਉਹ ਤੁਹਾਨੂੰ ਦੱਸਦਾ ਵਾਂ। ਹਿਊਮਨ ਲਾਈਫ ਦੀ ਵੈਲਿਊ ਇੱਥੇ ਇੱਦਾਂ ਵਾਂ ਕਿ ਇੱਕ ਤਾਂ ਸੇਫਟੀ ਬਹੁਤ ਆ ਹਿਊਮਨਸ ਲਈ ਬੱਚਿਆਂ ਲਈ ਖਾਸ ਕਰ ਅਤੇ ਬੱਚਿਆਂ ਨੂੰ ਬਹੁਤ ਪ੍ਰਾਇਰਟੀ ਦਿੱਤੀ ਜਾਂਦੀ ਆ ਉਹਨਾਂ ਦੀ ਸੇਫਟੀ ਨੂੰ ਲੈ ਕੇ ਰੂਲਸ ਐਂਡ ਰੈਗੂਲੇਸ਼ਨ ਬਹੁਤ ਨੇ ਅਤੇ ਹਰ ਕੋਈ ਹੈਲਪ ਕਰਦਾ ਵਾ ਹਿਊਮਨਸ ਦੀ ਬੰਦਿਆਂ ਦੀ ਜੇ ਕੋਈ ਮੁਸੀਬਤ 'ਚ ਹੁੰਦਾ। ਆਪਾਂ ਨਾ ਇੱਕ ਵਾਰੀ ਮੈਂ ਅਤੇ ਮੇਰਾ ਕਜ਼ਨ ਮੋਨਟਰੀਅਲ ਵਿੱਚ ਗਏ ਸੀ ਅਤੇ ਸਾਡੀ ਕਾਰ ਸਟੱਕ ਹੋ ਗਈ ਸੀ ਮੋਨਟਰੀਅਲ ਦੇ ਵਿੱਚ ਹਾਈਵੇ ਦੇ ਉੱਤੇ ਕਿਸੇ ਰੀਜ਼ਨ ਕਰਕੇ ਕਾਰ ਬੰਦ ਹੋ ਗਈ ਹਾਈਵੇ 'ਤੇ ਅਤੇ ਤੁਸੀਂ ਮੰਨੋਗੇ ਨਹੀਂ ਅਤੇ ਪਿੱਛੇ ਵੇਖੋ ਪੁਲਿਸ ਵਾਲੇ ਵੀ ਖੜ੍ਹੇ ਆਪਾਂ ਖਲੋਤੇ ਹਾਂ ਉਹ ਵੇਖੋ ਪੁਲਿਸ ਵਾਲੇ ਇੱਥੇ ਐਰੋ ਲਾ ਦਿੰਦੇ ਅੱਗ ਚਲਾ ਕੇ ਕਿ ਸੇਫਟੀ ਬਣੀ ਰਹੇ ਅਤੇ ਪਿੱਛੇ ਪੁਲਿਸ ਖਲੋਤੀ ਆ ਇੱਥੇ ਆਪਾਂ ਪੈਟਰੋਲ ਪਵਾਉਂਦੇ ਹਾਂ
कैनेडा की एक पुलिस किन्नी साड़ी हेल्प करती है। साडा पेट्रोल भी एमरजेंसी जी मुक गया ही क्योंकि आप लोंग रूट से आते ही तो आप मोन्ट्रियल कार स्टक हो गई ही तो विदाउट गिविंग एनी कॉल विदाउट डूइंग एनी एफर्ट असी उसे स्टक गए ही अगर ना किसी फोन किया तो ना ही आप किसी को कहा हाड़ी हेल्प लई विदाउट डूइंग दैट थिंग साढ़े पिछे पहले एंबूलेंस आई एंबूलेंस ने आके साथ पूछा कि तुम ठीक हो जो असं कहा कि अभी वी आर वेरी गुड सू कोई प्रॉब्लम हमारी गड्डी खराब हुई है फिर रैंडमली पुलिस कार आ गई साढ़े पिछे जो पुलिस कार आ गई रैंडमली उन्होंने सू पुलिस ऑफिसर ने आके पूछा कि सब कुछ ठीक आ तुम इतने चक क्यों हो जी आप कि साड़ी गड्डी स्टार्ट नहीं हो रही तो वो कहते कि अभी पिछले वेट करा जो तक ताकि कार स्टार्ट नहीं होंगी सो उन्होंने अपनी कार साड़ी कार के पिछे लगाती तो इंडीकेटर्स लगाते उन्होंने रोड के उत्ते कि इतने गड्डी खलोती है तो फ्लैश लाइट ऑन करती अपन एमरजेंसी लाइट्स कि लोगों को पता लग जाए इतने कार चक हुई है तो सू प्रॉब्लम ना आए फिर आप जो काफ़ी देर एफर्ट करने बाद कार स्टार्ट नहीं हुई उन्होंने कॉल करके टो ट्रक मंगाया तो सू कि अभी टो ट्रक मंगाता जी तुम इतने चक गए हो कि टो ट्रक ने अपनी कार टो करा के जा सकते जे कि तुम इतने सारी रात फसे ना रहो सो ये मैं बड़ा वधिया लगा कि ह्यूमन लाइफ जिसे वैल्यू की है जो असं इंडिया के फस जाइए रात को 12-1 बजे का टाइम से उदो किसी ने हमारी हेल्प भी नहीं करनी ही बट इतने इनिया वधिया गवर्नमेंट के सर्विस ने ह्यूमन लाइफ की कदर आ हम चलते हैं फोर्थ पॉइंट वाल एंड द फोर्थ थिंग अबाउट कैनेडा इज विच इज़ वेरी गुड इंफ्रास्ट्रक्चर ऑफ कैनेडा इतने फैसिलिटीज़ बहुत ने हर एक चीज़ दियाँ जिमें कि पेडेस्ट्रियन लिए जिमें मैं पेडेस्ट्रियन अज तुरदा के जाने इतने राह बने ने साइकलिंग लेन बने ने हर जगह हर प्लाजे पार्किंग फैसिलिटी अवेलेबल होंगी है तो इंफ्रास्ट्रक्चर इतने बहुत वधिया वा तुम तुर के भी जा सकते ईजली साइकलिंग लेन भी होंगे ने हर जगह पर वॉकवेज होंगे ने पार्क होंगे ने सो ये चीज़ा मैं बहुत वधिया लगियाँ तो हर एक एरिया दे विच एक लोकल स्कूल हुंदा वा कि बच्चों नू स्कूल भी दूर ना जाना पावे जिहड़ा पब्लिक स्कूल हुंदे ने ते स्कूल दे विच भी हर एक फैसिलिटी अवेलेबल हुंदी आ ते हर जगह ते स्टॉप साइन हुंदे ने रूल कारां दे लई बहुत वधिया ने ट्रैफिक स्पीड लिमिट हुंदी आ सो दैट्स वाई इंफ्रास्ट्रक्चर इन कैनेडा इज़ वैरी गुड तो ये मैंने बहुत वधिया चीज़ लगी है चौथी हुण चलदे आ पंजवीं चीज़ वल ते भाई हुण मैं बिस्किट लैण आया सी मैं कहा पहला बिस्किट ले लईए चाह नाल खाण लई वधिया हुंदे आ इतने मिलते डॉलर स्टोर तो आया मैं स्कैनिंग भी आपे करनी पड़ी है बिल की भाई थोड़ी जी ग्रोसरी जी करनी ही मैं कर ली है ग्रोसरी नहीं मतलब बिस्कुट तो नमकीन ली है बच्चा वास्ते हूँ मैं फ्रैश हो जाऊँगा इतने थोड़े जे मैं एप्पल लैने अपने आई लव ईटिंग एप्पल्स तो मैं ना पहला अंदर चल जा बाहर बहुत ज़्यादा ठंड है इन्नी ठंड हाथ मेरे फ्रीज होते हैं मौत चलते हैं फिफ्थ गुड थिंग अबाउट कैनेडा इज अ गुड नेचर इतने नैचुरल चीज़ा बहुत ज़्यादा ने ग्रीनरी जो तुम पहाड़ों में जाना चाहते पहाड़ ने लेक्स ने ब्यूटीफुल बीचिज ने वन ऑफ द बेस्ट नैचुरल थिंग्स आर इन कैनेडा जो कि मैं आने वाले टाइम एक्सप्लोर जरूर कराँगा तो ये पांच चीज़ें अपन गुड थिंग्स अबाउट कैनेडा कंप्लीट हो गया नाल ही तो अपन पांच गुड थिंग्स तो बाद हम टाइम है 5 नैगेटिव थिंग्स अबाउट कैनेडा विच आई परसनली नोटिस एंड आई डिडन लाइक पहली चीज़ तो तुम्हें पता लग ही गया ना मैं बाहरों अंदर आ घूमता पाया वहाँ पर जाना अगे से पर मॉल इसलिए घूमता पाया तो बाहर ठंड बहुत है इसलिए पहली चीज़ उसे बैड आ वैदर वैदर इज फ्रिकिंग बैड तो कल का तो होर ज़्यादा खराब है तो दिखाना बाद जाके तो बाबे कल आया ही स्नो स्टॉर्म एंड यू कैन सी हर जगह पर स्नो पई आ तुरना भी औखा आया पाया तो वैदर इतों का बहुत बेकार आ हूँ जिमें कल स्नो स्टॉर्म आया मेरे अगर बंदे जो कार आ जिन्हें को नहीं है फिलहाल उन्होंने वास्तव तो लाइफ एक तरह की स्टक हो जाती है असं घर कैद हो जाते हैं जे एमरजेंसी कितने जाना हो जिमें अभी भी हल्की हल्की स्नो पै रही है फ्लेक्स पै रही हैं तो ठंड बहुत ज़्यादा होंगी है
ਪਹਿਲਾਂ ਲੇਅਰਿੰਗ ਕਰੋ, ਫਿਰ ਤੁਰਨਾ ਵੀ ਇੱਕਦਮ ਔਖਾ ਹੋ ਜਾਂਦਾ। ਤੁਸੀਂ ਦੇਖ ਸਕਦੇ ਸਲੱਸ਼ ਬਣ ਜਾਂਦਾ ਰੋਡ ਦੇ ਵਿੱਚ, ਸਲੱਸ਼ ਬਣਿਆ, ਸਲਿੱਪ ਹੋਣ ਦਾ ਡਰ ਬਹੁਤ ਜ਼ਿਆਦਾ ਇੱਥੇ। ਅਤੇ ਤੁਹਾਨੂੰ ਪਤਾ 4 ਤੋਂ 5 ਮਹੀਨੇ ਠੰਡ ਰਹਿੰਦੀ ਆ ਇੱਥੇ, ਅਤੇ ਬਹੁਤ ਖਤਰਨਾਕ ਠੰਡ ਪੈਂਦੀ ਆ। ਇਸ ਲਈ ਆਈ ਡੋਂਟ ਲਾਈਕ ਦਾ ਵੈਦਰ ਪਰਸਨਲੀ ਇਨ ਦਿਸ ਏਰੀਆ, ਆਈ ਐਮ ਟਾਕਿੰਗ ਅਬਾਊਟ ਇਨ ਦਿਸ ਏਰੀਆ, ਜੀ ਟੀ ਏ, ਟੋਰੋਂਟੋ, ਬਰੈਂਪਟਨ ਐਂਡ ਮਿਸੀਸਾਗਾ ਵਾਲੇ ਏਰੀਆ ਦੀ ਗੱਲ ਕਰਦੇ ਹਾਂ। ਅਤੇ ਇੱਥੇ ਠੰਡ ਤਾਂ ਬਹੁਤ ਪੈਂਦੀ ਬਾਬਿਓ, ਅਤੇ ਲਾਈਫ ਇੱਕ ਤਰ੍ਹਾਂ ਦੀ ਸਲੋ ਡਾਊਨ ਵੀ ਹੋ ਜਾਂਦੀ ਆ, ਅਤੇ ਮੈਨੂੰ ਪਸੰਦ ਨਹੀਂ ਗਾ ਪਰਸਨਲੀ। ਹੁਣ ਚੱਲਦੇ ਹਾਂ ਸੈਕਿੰਡ ਥਿੰਗ ਵਿਚ ਇਜ਼ ਵੈਰੀ ਬੈਡ ਇਨ ਕੈਨੇਡਾ। ਅਤੇ ਸੈਕਿੰਡ ਥਿੰਗ ਜੋ ਕਿ ਬੈਡ ਆ ਉਹ ਹੈਗੀ ਆ ਪਬਲਿਕ ਟਰਾਂਸਪੋਰਟ ਸਿਸਟਮ ਆਫ ਕੈਨੇਡਾ। ਟਰਾਂਸਪੋਰਟੇਸ਼ਨ ਸਿਸਟਮ ਇਜ਼ ਵੈਰੀ ਬੈਡ ਇਨ ਕੈਨੇਡਾ। ਕਿਉਂ ਆ? ਜਦੋਂ ਵੀ ਇੱਥੇ ਆਪਾਂ ਜਾਣਾ ਪੈਣਾ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ 'ਤੇ, ਸਪੋਜ਼ ਕਰੋ 30 ਮਿੰਟਸ ਡਰਾਈਵ ਹੈਗੀ ਆ ਫਰੋਮ ਮੇਰੇ ਘਰ ਤੋਂ ਮੇਰੇ ਕੋਲੇਜ ਦੀ, ਬਟ ਜੇ ਮੈਂ ਬੱਸ ਲਵਾਂਗਾ ਇਟ ਵਿਲ ਟੇਕ ਮੀ 1.5 ਆਵਰ ਟੂ 2 ਆਵਰਸ ਇਨ ਬਿਟਵੀਨ। ਸੋ ਜੇ ਸਨੋਅ ਪੈ ਗਈ, ਜਿਵੇਂ ਅੱਜ ਦਾ ਸਨੋਈ ਵੈਦਰ ਆ, ਬੱਸਾਂ ਲੇਟ ਚੱਲਦੀਆਂ ਨੇ ਅਤੇ ਸਲੋਅ ਚੱਲਦੀਆਂ ਨੇ, ਜਗ੍ਹਾ ਜਗ੍ਹਾ 'ਤੇ ਰੁਕਦੀਆਂ ਨੇ, ਟ੍ਰੈਫਿਕ ਬਹੁਤ ਜ਼ਿਆਦਾ ਹੋ ਜਾਂਦੀ ਆ ਟੋਰੋਂਟੋ ਜਿਹੜਾ ਸਪੈਸ਼ਲੀ। ਅਤੇ ਆਈ ਪਰਸਨਲੀ ਡੋਂਟ ਲਾਈਕ ਦਾ ਟਰਾਂਸਪੋਰਟੇਸ਼ਨ ਸਿਸਟਮ। ਮੈਂ ਆਪਣੀ ਪਿਛਲੀ ਵੀਡੀਓ 'ਚ ਵੀ ਕਿਹਾ ਆ ਕਿ ਮੈਨੂੰ ਇੱਥੋਂ ਦਾ ਟਰਾਂਸਪੋਰਟੇਸ਼ਨ ਸਿਸਟਮ ਬਿਲਕੁਲ ਪਸੰਦ ਨਹੀਂ ਆਇਆ, ਲੋਕਲ ਬੱਸਿਸ ਵਾਲਾ। ਅਤੇ ਨਾਲੇ ਇੱਕ ਤਾਂ ਸਰਵਿਸ ਵੀ ਘੱਟ ਆ, ਜਿਵੇਂ ਕਿ ਬਰੈਂਪਟਨ ਤੋਂ ਮਿਸੀਸਾਗਾ ਤੋਂ ਕੋਈ ਸਬਵੇ ਸਰਵਿਸ ਨਹੀਂ ਹੈਗੀ ਕਿ ਸਿੱਧੀ ਅਸੀਂ ਟੋਰੋਂਟੋ ਚਲ ਜਾਈਏ, ਸਾਨੂੰ ਬੱਸ ਹੀ ਲੈਣੀ ਪਊਗੀ ਜਾਂ ਫਿਰ ਪ੍ਰਾਈਵੇਟ ਰਾਈਡ ਚੱਲਦੀਆਂ ਨੇ। ਸੋ ਇਸ ਲਈ ਮੈਨੂੰ ਨਹੀਂ ਪਸੰਦ। ਅਤੇ ਬਾਈ ਥੋੜ੍ਹੀ ਜਿਹੀ ਪਿਆਸ ਲੱਗ ਗਈ ਠੰਡ ਕਰਕੇ ਬਾਹਰ, ਅਤੇ ਮੈਂ ਲਈ ਆ ਡਰਿੰਕ ਇੱਕ ਟਿਮ ਹੋਟਲ ਤੋਂ ਪੀਵਾਂਗੇ, ਨਾਲ ਪਟੈਟੋ ਬਾਜੀਸ ਲਈਆਂ ਸੀ। ਨਿਕਲ ਜਾ ਬਾਬੇ ਉਹ ਬਾਹਰ, ਨਾਲ ਲਈ ਆਪਾਂ ਪਟੈਟੋ ਬਾਜੀਸ ਚਿਪੋਟਲੇ ਸੌਸ। ਅਤੇ ਥਰਡ ਬੈਡ ਥਿੰਗ ਅਬਾਊਟ ਕੈਨੇਡਾ ਇਜ਼ ਆਫਟਰ ਟਰਾਂਸਪੋਰਟੇਸ਼ਨ ਸਿਸਟਮ ਇਜ਼ ਨੋਟ ਟਿਮ ਹੋਟਲ। ਟਿਮ ਹੋਟਲ ਤਾਂ ਬਹੁਤ ਵਧੀਆ ਚੀਜ਼ ਆ ਇੱਥੇ, ਹੁਣ ਤਾਂ ਇੰਡੀਆ 'ਚ ਵੀ ਖੁੱਲ੍ਹ ਗਈ, ਪਾਕਿਸਤਾਨ 'ਚ ਵੀ ਖੁੱਲ੍ਹ ਗਈ ਹੈ ਟਿਮ ਹੋਟਲ ਦੀ ਬ੍ਰਾਂਚਿਸ। ਥਰਡ ਥਿੰਗ ਇਜ਼ ਤੁਸੀਂ ਥੋੜ੍ਹਾ ਜਿਹਾ ਸ਼ੌਕ ਹੋ ਜਾਓਗੇ ਡਰੱਗ, ਇੱਥੇ ਨਸ਼ਾ ਬਹੁਤ ਜ਼ਿਆਦਾ ਹੈ, ਈਵਨ ਕਿ ਇੰਡੀਆ ਪੰਜਾਬ ਤੋਂ ਵੀ ਜ਼ਿਆਦਾ ਹੈਗਾ ਇੱਥੇ ਨਸ਼ਾ। ਕਿਉਂਕਿ ਇੱਥੇ ਤਾਂ ਮਤਲਬ ਤੁਸੀਂ ਸਪੋਜ਼ ਕਰੋ ਅਲਕੋਹਲ ਅਤੇ ਸਿਗਰਟ ਨੂੰ ਤਾਂ ਨਸ਼ਾ ਮੰਨਦੇ ਹੀ ਨਹੀਂ, ਇਹ ਨੋਰਮਲ ਚੀਜ਼ਾਂ ਨੇ। ਬਾਕੀ ਆ ਇੱਥੇ ਵੀਡ ਤੁਹਾਨੂੰ ਪਤਾ ਇੱਥੇ ਕੋਮਨ ਆ, ਹਰ ਜਗ੍ਹਾ ਮਿਲਦੀ ਆ, ਲੀਗਲ ਆ ਵੀਡ। ਹੁਣ ਪਿੱਛੇ ਖਬਰ ਆਈ ਸੀ ਕਿ BC ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹੀਰੋਇਨ, ਜਿਹਨੂੰ ਆਪਾਂ ਸਮੈਕ ਕਹਿ ਦਿੰਦੇ ਹਾਂ, ਐਂਡ ਅਦਰ ਡਰੱਗਸ 2.5 ਗ੍ਰਾਮ ਲੀਗਲ ਕਰਤੇ ਨੇ। ਅਤੇ ਫਿਰ ਈਜ਼ੀਲੀ ਅਵੇਲੇਬਲ ਡਰੱਗਸ ਹੈਗੇ ਨੇ ਇੱਥੇ, ਅਤੇ ਆਪਣੇ ਆਪਣੀ ਕਮਿਊਨਿਟੀ ਦੇ ਬੰਦੇ ਬਹੁਤ ਜ਼ਿਆਦਾ ਸਟੱਕ ਹੋਏ ਨੇ, ਮੈਂ ਨੋਟ ਕੀਤਾ, ਵੀਡ ਵਿੱਚ ਅਤੇ ਡਰੱਗਸ ਵਿੱਚ ਵੀ ਹੋਏ ਨੇ, ਅਤੇ ਕਾਫੀ ਪਰੇਸ਼ਾਨ ਵੀ ਨੇ ਇੱਥੇ। ਅਤੇ ਜਦੋਂ ਆਪਾਂ ਯੰਗ ਏਜ ਦੇ ਵਿੱਚ ਚਾਹੀਦਾ ਵਾ ਆਫਟਰ 12th, ਅਤੇ ਅਸੀਂ ਈਜ਼ੀਲੀ ਗਲਤ ਕਮਿਊਨਿਟੀ ਗਲਤ ਸੰਗਤ 'ਚ ਪੈ ਸਕਦੇ ਹਾਂ, ਜਦੋਂ ਸਾਡੇ ਨਾਲ ਦੇ ਅਲਕੋਹਲ ਕੰਜ਼ਿਊਮ ਕਰਦੇ ਹੋਣ ਜ਼ਿਆਦਾ, ਕੋਈ ਨਸ਼ਾ ਕਰਦੇ ਹੋਣ, ਤਾਂ ਅਸੀਂ ਈਜ਼ੀਲੀ ਇੰਸਪਾਇਰ ਹੋ ਜਾਣਾ ਵੱਲ ਵੇਖ ਕੇ। ਸੋ ਮੈਂ ਤਾਂ ਬਸ ਇਹੀ ਕਹੂੰਗਾ, ਜਿੰਨਾ ਬਚ ਸਕਦੇ ਜੇ ਬੱਚੋ ਡਰੱਗਸ ਤੋਂ, ਅਲਕੋਹਲ ਲਿਮਿਟ ਇਨਟੇਕ ਕਰੋ, ਲਿਮਿਟਿਡ ਜੇ ਕਰਨਾ ਵੀ ਆ ਤਾਂ ਲਿਮਿਟ ਅਮਾਊਂਟ ਵਿੱਚ ਇਨਟੇਕ ਕਰੋ, ਕਿਉਂਕਿ ਇੱਥੇ ਨਾ ਲਿਮਿਟ ਕ੍ਰੋਸ ਇਸ ਲਈ ਹੋ ਜਾਂਦੀ ਆ ਕੋਈ ਫੈਮਲੀ ਨਹੀਂ ਹੁੰਦੀ, ਅਸੀਂ ਬਸ ਸਾਨੂੰ ਪਤਾ ਵਾ ਸਾਡੇ ਘਰ ਦਾ ਸਾਨੂੰ ਦੇਖਣਾ ਨਹੀਂ ਆ। ਸੋ ਇੱਥੇ ਬੰਦਾ ਪਹਿਲਾਂ ਅਲਕੋਹਲ ਤੋਂ ਸਟਾਰਟ ਹੁੰਦਾ, ਅਲਕੋਹਲ ਤੋਂ ਹੌਲੀ ਹੌਲੀ ਸਿਗਰਟ ਸਮੋਕਿੰਗ, ਵੀਡ, ਦੈਨ ਨਸ਼ੇ ਦੇ, ਇੱਥੇ ਅਨਲਿਮਿਟਿਡ ਆ ਵੀ ਛੱਡ ਹੀ ਦਿਓ। ਇਹ ਚੀਜ਼ ਪਰਸਨਲੀ ਮੈਂ ਹੁਣ ਜਿਹੜੇ ਮੈਂ ਮੌਲ ਵਿੱਚ ਮੈਂ ਬੈਠਾ, ਵੈਸਟਵੁੱਡ ਮੌਲ ਵਿੱਚ, ਇਹ ਹੱਬ ਹੈਗਾ ਵਾ ਜਿੱਥੇ ਵੀਡ ਵਾਲੇ ਵੀ ਲੋਕ ਆਮ ਘੁੰਮਦੇ ਨੇ। ਸੋ ਇਹ ਆਪਣੇ ਆਪ 'ਤੇ ਵੀ ਡਿਪੈਂਡ ਕਰਦਾ ਅਸੀਂ ਕਿੰਨਾ ਬਚ ਕੇ ਰਹੀਏ। ਸੋ ਜਿਵੇਂ ਮੇਰਿਆਂ 'ਤੇ ਬੱਚਿਆਂ ਆ, ਮੈਂ ਚਾਹੁੰਦਾ ਕਿ ਤੁਸੀਂ ਵੀ ਬਚ ਕੇ ਰਹੋ ਡਰੱਗਸ ਤੋਂ, ਇਹ ਇੱਕ ਬਹੁਤ ਵੱਡੀ ਪ੍ਰੋਬਲਮ ਆ ਖਾਸ ਕਰ ਆਪਣੀ ਕਮਿਊਨਿਟੀ ਦੇ ਲਈ। ਪਰ ਕੋਈ ਜਣਾ ਗੱਲ ਨਹੀਂ ਕਰਦਾ, ਮੈਂ ਕੀਤੀ ਆ ਜੋ ਕਿ ਮੈਂ ਪਰਸਨਲੀ ਨੋਟ ਕੀਤੀ, ਆਮ ਬੰਦੇ ਇੱਥੇ ਪੰਜਾਬੀ ਮੁੰਡੇ ਵਿਕ ਜਾਣਗੇ ਡਰੱਗ ਐਡਿਕਟਸ। ਸੋ ਬੀ ਕੇਅਰਫੁਲ ਐਂਡ ਬੀ ਸੇਫ। ਅਤੇ ਬਾਬਿਓ ਫੋਰ ਥਿੰਗ ਵਿਚ ਇਜ਼ ਨੋਟ ਗੁੱਡ ਇਨ ਕੈਨੇਡਾ, ਵੈਦਰ, ਪਬਲਿਕ ਟਰਾਂਸਪੋਰਟੇਸ਼ਨ ਅਤੇ ਡਰੱਗਸ ਦੀ ਪ੍ਰੋਬਲਮ ਤੋਂ ਇਲਾਵਾ ਜਿਹੜੀ ਚੌਥੀ ਚੀਜ਼ ਇੱਥੇ ਹੈਗੀ ਆ ਓਵਰ ਐਕਸਪੈਂਸਿਵ ਥਿੰਗਸ। ਗਰੋਸਰੀ ਇਜ਼ ਵੈਰੀ ਐਕਸਪੈਂਸਿਵ ਇਨ ਕੈਨੇਡਾ,
निक्की मोटी चीज़ा भी लैनिया हो तो मतलब थोड़ा बहुत समान भी लो तो मिनीम 15 to 20 dollars आम लग जाते हैं। जो एक टाइम पर भी हल्की मोटी भी जो 3-4 चीज़ा भी लोगे ग्रोसरी का 20 dollars आम लग जाएंगे। मतलब कि इंडिया का 1000 to 1200 rupees एक टाइम का आम है तो उत्तर चीज़ा थोड़ी एक्सपेंसिव आ एज़ कंपेयर टू इंडिया। तो सर्विसिज भी इतने एक्सपेंसिव ने, हेयर कटिंग 40 dollars to between 60 dollars तक चल जाती है। तो ट्रैवल करना भी इतने एक्सपेंसिव आ, मतलब कि एक बार बस का पास बनता है $3.20 जो आप टैप कर प्रेस चो $3.20 कटे जाते अपने तो 2 घंटे लिए वैलिड हों। तो इसलिए इतने चीज़ा थोड़ी एक्सपेंसिव ने, ग्रोसरी एक्सपेंसिव आ। तो अजक जो 2023 खासकर चीज़ा एक्सपेंसिव हो गई, तो जिनी सेविंग कर सकते करो। तो पंजवी चीज़ जो कि मैंने बहुत सही नहीं लगी कैनेडा की, और मैं परसनल मेरा एक्सपीरियंस होया मैं तुम्हें शेयर कराँगा, वो है हेल्थ केयर ऑफ कैनेडा। इतों का हेल्थ केयर कहते थे कि वर्ल्ड का बहुत वधिया हेल्थ केयर है इदा उदा कहते हैं, बट एज कंपेयर टू इंडिया कित लागे जागे लगता उदा ज़्यादा। क्यों? क्योंकि एक बार सानू रात को 12 बजे कॉल आई, मैं अपने कजन के नाल से उन्होंने उसके दोस्त की कॉल आई दैट ही इज़ नॉट वैल, वो होस्पिटल जाना चाहता है। वो सू कॉल की एज ए दोस्त नाते मैं ना लै गया, अस गए उन्होंने पिक किया। ही वॉज इन पेन, बहुत ज़्यादा दर्द ही और पेट में कि बॉडी में दर्द बहुत ज़्यादा ही। वो कह रहा है कि मैं होस्पिटल लै जाओ, बस असू एमरजेंसी में होस्पिटल लै गए ब्रैमटन। तो उन्होंने की किया गया उन्होंने बस फर्श के लम्बे पाता, तो उन्होंने कहा कि 4 to 5 hours लगनगे, डॉक्टर तुम आऊगा क्योंकि सवेरे आऊगा डॉक्टर तो तुम फिर ही ट्रीटमेंट होगा, तुम दर्द होंगी या होंगी रहे कोई फर्क नहीं पै रहा है इन्हों। प्लस इतने एक्सपेंसिव हेल्थ केयर बहुत ज़्यादा है। वह मेरी परसनल हुई ही एग्जाम्पल, मैं डॉक्टर को गया ही, मेरी थोड़ी तबीयत नहीं ठीक सी। इतने यूजली इंश्योरेंस का हेल्थ इंश्योरेंस कवर्ड होंगी है मेडिसिन लई, बट वो डॉक्टर अपना पंजाबी ही। पहला तो मैं गया, उन्हें मैंने कहा कि तुम्हारी टर्न आऊगी 4 घंटे बाद, क्योंकि लैक ऑफ इतने डॉक्टर्स ने घट ने, क्लीनिक्स भी घट ने, 4 घंटे बाद तुम्हारी टर्न आऊगी। मैं 4 घंटे बाद जो वापस गया फिर कहते मैं उन्होंने एग्जामिन किया मैंने सारा, तो कहते मेडिसिन लै लो थे जाकर फार्मेसी की। तो जो मैं मेडिसिन लैन गया तो कोई भी मेडिसिन मेरी कवर नहीं थी इंश्योरेंस में, तो मैंने कहते जो तारी मेडिसिन है $300 भी बनी। तो $300 इज़ ए ह्यूज अमाउंट फॉर ए स्टूडेंट। फिर मैं गल की जो फार्मेसी वाला पंजाबी ही, डॉक्टर भी मैंने पंजाबी ही, बट उन्हें पता नहीं क्यों नहीं मिंगल दी मैंने। तो मैंने कहता कि ये कंपेरेटिवली सस्ती मेडिसिन हैगी है, तो डॉक्टर को उत्ते जाके तो चेंज कराया। इतने स्लिप टॉप वगैरह से मेडिसिन नहीं मिलती छेती, किसी प्रिस्क्राइब मेडिसिन ही मिलती है। तो मैं गया तो फिर मैंने सस्ती मेडिसिन थोड़ी मिली, वो भी एको मेडिसिन मैं लै पाया। इसलिए इतने मेडिसिन इंडिया तो मंगवा लो तो बैटर आ, अदरवाइज इतने तो बहुत एक्सपेंसिव काम आ। हेल्थ केयर इज़ वेरी स्लो एंड इट्स नॉट रिस्पोंसिव एज कंपेयर टू इंडिया। जब इंडिया साढ़े कोई बंद एमरजेंसी पैजे इंडिया जाके उस टाइम डॉक्टर इलाज शुरू कर देंगे, बट इतने नहीं आ। इतने पहला रब अगर अरदास करो तुम बीमार ना ही पावो, जे पै गए जे बीमार तो खर्चा फिर बहुत होंगे। इसलिए अपनी सेहत का भी ध्यान रखो जिन्ना रख सकते। जो ठंड में जिम्मे मैं बाहर घूमता पाया ही ज़्यादा ना घूमया करो, जो कि अब बहुत ज़्यादा ठंड समा भी पै रही, इसलिए मन घर चलना कॉफी पी के हम चलते हैं बाहर। बाकी ये मेरे परसनल एक्सपीरियंस ही जो कि मैं ऑब्जर्व किए, हर देश दिन कुछ चंगी तो कुछ माड़े गल् होंगे होंगे। सो ये चीज़ा मैं अपनी परसनल राय है मेरी जो कि मैं ऑब्जर्व की बाहर चलते पहला। तो सुनो कल की पई जा रही हाले भी, मतलब पता नहीं मौसम बहुत खराब होया, मैं बिल्कुल पसंद नहीं गया। बाकी हर एक कंट्री गुड थिंग्स एंड बैड थिंग्स होंगे होंगे, गुड थिंग्स तुम दसिया ही इतने काफ़ी ने। जो तुम देख सको लाइफ स्टाइल वधिया इतने लोगों का, हर एक चीज़ वधिया, बट बैड थिंग्स भी होंदिया ही होंदिया ने। हर एक कोइन के दो साइड होंदिया ही होंदिया वा। तुम देख सकते जो मौसम खराब चल रहा वा, विजिबिलिटी भी कटी हुई है, बर्फ के ढेर लगे कल दे, एक दिन पहला बस तो बर्फ नहीं की ही। तो देखो इस साइड वॉक से भी स्नो कट्ठी हुई, तो बच बच के चलना पड़ता, ये तो आप देख सकते हैं।
ਤੇ ਸਨੋ ਹੀ ਸਨੋ ਹੋਈ ਪਈ ਹਰ ਜਗ੍ਹਾ ਦੇ ਢੇਰ ਲੱਗੇ ਹੋਏ ਆ। ਵੈਦਰ ਤਾਂ ਇੱਥੋਂ ਦਾ ਭਰੋਸਾ ਹੀ ਨਹੀਂ ਹੁੰਦਾ। ਹਫ਼ਤੇ ਪਹਿਲਾਂ 1 ਵੀਕ ਪਹਿਲਾਂ ਇੱਥੇ 12-13 ਡਿਗਰੀ ਤੱਕ ਟੈਂਪਰੇਚਰ ਪਹੁੰਚ ਗਿਆ ਸੀ ਅਤੇ ਅੱਜ -6-7 ਡਿਗਰੀ ਆ। ਹੁਣ ਜਦੋਂ ਸਨੋਫਾਲ ਰੁਕੂਗੀ ਇਹ -15-20 ਤੱਕ ਪਹੁੰਚ ਜੂਗਾ, ਕਿਉਂਕਿ ਆਫਟਰ ਸਨੋ ਟੈਂਪਰੇਚਰ ਵੱਧ ਜਾਂਦਾ ਵਾ। ਬਾਕੀ ਇੱਥੇ ਵਿਊਜ਼ ਤਾਂ ਬੜੇ ਸੋਹਣੇ ਸੋਹਣੇ ਨੇ, ਬਟ ਜੇ ਕਾਰ ਨਹੀਂ ਹੈਗੀ ਤਾਂ ਇਹ ਵਿਊਜ਼ ਸੋਹਣੇ ਨਹੀਂ, ਭੈੜੇ ਲੱਗਦਾ ਪੈਂਦੇ ਨੇ ਜਦੋਂ ਤੁਰਨਾ ਪੈਂਦਾ ਇੰਨੀ ਸਨੋ ਦੇ ਵਿੱਚ। ਜਦੋਂ ਕਾਫੀ ਪੀਂਦੇ ਰਿਹਾ ਕਰੋ, ਗਰਮੀ ਰੱਖਿਆ ਕਰੋ ਆਪਣੀ ਬੋਡੀ ਵਿੱਚ ਇੰਨੀ ਠੰਡ 'ਚ। ਅਤੇ ਇੱਥੇ ਟਰੈਕਟਰ ਵੇਖੋ ਸਨੋ ਹਟਾਉਣ ਵਾਲਾ ਕਿੱਡਾ ਵੱਡੇ ਵੱਡੇ ਟਾਇਰ ਦੇ, ਕਿੱਡਾ ਵੱਡਾ ਹੈ ਸਨੋ ਵਾਲਾ ਟਰੈਕਟਰ ਨਾਲ ਹਟਾਉਂਦੇ ਨੇ, ਜਿਵੇਂ ਪਾਰਕਿੰਗ ਲੋਟ ਹੈਗਾ ਪਿੱਛੇ ਇੰਨਾ ਹਟਾਉਂਦੇ ਨੇ। ਅਤੇ ਮੌਸਮ ਵੇਖ ਲਓ। ਅਤੇ ਫਾਈਨਲੀ ਮੈਂ ਘਰ ਆ ਗਿਆ ਵਾਪਸ ਅਤੇ ਇਹ ਸਾਰੇ ਵਿਊਜ਼ ਮੇਰੇ ਆਪਣੇ ਹੈਗੇ ਆ। ਇੱਕ ਚੀਜ਼ ਮੈਂ ਕਹਿਣਾ ਚਾਹੂੰਗਾ, ਜਿਹੜੇ ਵੀ ਲੋਕ ਜਿਹੜੇ ਵੀ ਸਟੂਡੈਂਟਸ 2023 ਦੇ ਵਿੱਚ ਆਉਣਾ ਚਾਹੁੰਦੇ ਆ ਕੈਨੇਡਾ ਦੇ ਵਿੱਚ, ਜੇ ਆਉਣ ਵਾਲੇ ਆ, ਉਹ ਆਪਣਾ ਮਾਇੰਡ ਪ੍ਰਿਪੇਅਰ ਕਰਕੇ ਆਉਣ, ਆਪਣੇ ਆਪ ਨੂੰ ਪ੍ਰਿਪੇਅਰ ਇੱਦਾਂ ਕਰਕੇ ਆਉਣ ਕਿ ਇੱਥੇ ਸਾਨੂੰ ਇਕੱਲਿਆਂ ਰਹਿਣਾ ਪੈਣਾ। ਜੋਬਸ ਵੀ ਇੱਥੇ ਘਟੀਆਂ ਹੀ ਅੱਜ ਕੱਲ੍ਹ ਡਿਊ ਟੂ ਰਿਸੈਸ਼ਨ, ਕੈਨੇਡਾ ਦੇ ਵਿੱਚ ਰਿਸੈਸ਼ਨ ਵੀ ਚੱਲਦਾ ਪਿਆ ਵਾ ਥੋੜ੍ਹਾ ਬਹੁਤਾ, ਕਹਿੰਦੇ ਆਉਣ ਵਾਲੇ ਟਾਈਮ 'ਚ ਵਧੂਗਾ ਵੀ। ਆਫਟਰ 2020 ਕੈਨੇਡਾ ਦੇ ਵਿੱਚ ਹਰ ਚੀਜ਼ ਮਹਿੰਗੀ ਹੋ ਗਈ ਆ, ਕਾਰਾਂ ਮਹਿੰਗੀਆਂ ਹੋਈਆਂ ਸੀ, ਘਰ ਮਹਿੰਗੇ ਹੋ ਗਏ ਸੀ। ਇਸ ਲਈ ਪਿਛਲੇ ਰੀਸੈਂਟਲੀ ਟਰੂਡੋ ਨੇ ਬੈਨ ਕਰਤਾ ਸੀ ਜਿਹੜੇ ਨੋਨ ਕੈਨੇਡੀਅਨਸ ਹੈਗੇ ਨੇ ਕੈਨੇਡਾ ਦੇ ਵਿੱਚ, ਜਿਹੜੇ ਸਿਟੀਜ਼ਨ ਨਹੀਂ ਹੈ, ਉਹ 2 ਸਾਲ ਲਈ ਘਰ ਨਹੀਂ ਖਰੀਦ ਸਕਦੇ ਕਿ ਉਹਦੀਆਂ ਕੀਮਤਾਂ ਡਾਊਨ ਆ ਜਾਣ, ਘਰ ਦੀਆਂ ਪ੍ਰਾਈਸ ਡਾਊਨ ਹੋ ਜਾਣ। ਅਤੇ ਇਸ ਲਈ ਆਪਣਾ ਮਾਇੰਡ ਪ੍ਰਿਪੇਅਰ ਕਰਕੇ ਉਹ, ਯੂਜਲੀ ਆਪਾਂ ਜਦੋਂ ਇੰਡੀਆ 'ਚ ਬੈਠੇ ਹੁੰਦੇ ਆਪਾਂ ਵੀਡੀਓਜ਼ ਵੇਖਦੇ ਹਾਂ ਕੈਨੇਡਾ ਦੀਆਂ, ਸਾਡਾ ਮਾਇੰਡ ਸੈੱਟ ਹੁੰਦਾ ਵਾ ਕਿ ਉੱਥੇ ਕਿੰਨਾ ਵਧੀਆ ਵਾ, ਹਰ ਚੀਜ਼ ਵਧੀਆ ਵਾ। ਪਰ ਆਪਾਂ ਜਦੋਂ ਕੰਫਰਟ ਜ਼ੋਨ 'ਚ ਬੈਠੇ ਹੁੰਦੇ, ਇੰਡੀਆ ਦੇ ਕੰਫਰਟ ਜ਼ੋਨ ਵਿੱਚ ਬਹਿ ਕੇ ਅਸੀਂ ਕੈਨੇਡਾ ਦੇ ਵੀਡੀਓਜ਼ ਵੇਖਦੇ ਹੁੰਦੇ ਹਾਂ, ਆਪਾਂ ਕੰਫਰਟ ਇੰਡੀਆ ਵਾਲਾ ਮੰਗਦੇ ਹਾਂ ਅਤੇ ਚੀਜ਼ਾਂ ਆਪਾਂ ਕੈਨੇਡਾ ਦੀਆਂ ਮੰਗਦੇ ਹੁੰਦੇ ਉੱਥੇ। ਅਤੇ ਬਟ ਇੱਥੇ ਇੰਡੀਆ ਦਾ ਕੰਫਰਟ 0 ਹੋ ਜਾਂਦਾ ਵਾ ਅਤੇ ਚੀਜ਼ਾਂ ਤਾਂ ਕੈਨੇਡਾ ਦੇ ਉਹੀ ਹੁੰਦੀਆਂ, ਬਟ ਸਾਨੂੰ ਐਕਸਟਰਾ ਐਫਰਟਸ ਉਹ ਜਿਹੜੇ ਹੁੰਦੇ ਆ ਉਹ ਸਾਨੂੰ ਨਜ਼ਰ ਨਹੀਂ ਆਉਂਦੇ, ਕਿਉਂਕਿ ਆਪਾਂ ਘਰ ਵਿੱਚ ਬਹਿ ਕੇ ਵੀਡੀਓਜ਼ ਵੇਖਦੇ ਹਾਂ ਕਿ ਹਾਂ ਬਈ ਕੈਨੇਡਾ 'ਚ ਇਹ ਆ, ਉਹ ਆ, ਇਹ ਫਾਇਦੇ, ਉਹ ਫਾਇਦੇ, ਨਾ ਸਾਨੂੰ ਰੋਟੀ ਮਿਲਦੀ ਹੁੰਦੀ ਆ ਘਰੋਂ, ਸਾਨੂੰ ਸਭ ਕੁਛ ਮਿਲਦਾ ਹੁੰਦਾ, ਰੋਟੀ ਪੱਕ ਕੇ ਮਿਲ ਜਾਂਦੀ, ਕੱਪੜੇ ਧੋਲੇ ਧੁੱਪ ਕੇ ਮਿਲ ਜਾਂਦੇ, ਬਾਹਰ ਕਿਤੇ ਵੀ ਜਾਣਾ ਮੋਟਰਸਾਈਕਲ ਆ, ਕਾਰ ਆ, ਸਭ ਹੁੰਦੀ ਆ ਅੱਜ ਕੱਲ੍ਹ ਉੱਥੇ, ਅਤੇ ਈਜ਼ੀ ਲਾਈਫ ਹੁੰਦੀ ਸਾਡੀ ਇੰਡੀਆ ਦੇ ਵਿੱਚ। ਬਟ ਆਪਾਂ ਉਹ ਮਾਇੰਡ ਸੈੱਟ ਨੂੰ ਸੋਚ ਲੈਂਦੇ ਕਿ ਇਹ ਮਾਇੰਡ ਸੈੱਟ ਸਾਡਾ ਈਜ਼ੀ ਲਾਈਫ ਵਾਲਾ ਮਾਇੰਡ ਸੈੱਟ ਅਤੇ ਕੈਨੇਡਾ ਦਾ ਲਾਈਫ ਸਟਾਈਲ ਇਕੱਠਾ ਮੈਚ ਹੋਜੂਗਾ। ਬਟ ਆਪਾਂ ਇੱਥੇ ਆ ਕੇ ਹੋ ਜਾਂਦੇ ਹਾਂ 0, ਹਰ ਇੱਕ ਚੀਜ਼ ਆਪੇ ਕਰਨੀ ਪੈਂਦੀ, ਸ਼ੁਰੂ ਤੋਂ ਕਰਨੀ ਪੈਂਦੀ। ਇਸ ਲਈ ਬੀ ਪ੍ਰਪੇਅਰਡ, ਇਸ ਲਈ ਥੋੜ੍ਹਾ ਜਿਹਾ ਟੈਨਸ਼ਨ ਘੱਟ ਲਓ, ਅਤੇ ਨਾਲੇ ਸਾਰੇ ਜਣੇ ਇੱਕੋ ਜਗ੍ਹਾ 'ਤੇ ਜਿਹੜੇ ਆਈ ਜਾਂਦੇ ਪਏ ਨਾ, ਉਹਦੇ ਕਰਕੇ ਵੀ ਜੋਬਸ ਘੱਟਦੀਆਂ ਪਈਆਂ। ਹਰ ਕਿਸੇ ਦੀ ਸਭ ਤੋਂ ਪਹਿਲੀ ਪ੍ਰਾਇਓਰਟੀ ਹੁੰਦੀ ਆ ਜਾਂ ਤਾਂ ਟੋਰੋਂਟੋ ਦੇ ਏਰੀਏ 'ਚ ਆ ਜੇ ਜਾਂ ਵੈਂਕੂਵਰ ਵਾਲੇ ਪਾਸੇ 'ਚ ਆ ਜੇ, ਸਰੀ, ਵੈਂਕੂਵਰ, ਬਰੈਂਪਟਨ, ਟੋਰੋਂਟੋ। ਅਤੇ ਜਦੋਂ ਜ਼ਿਆਦਾ ਜ਼ਿਆਦਾ ਲੋਕ ਹਰ ਹਰ ਮਹੀਨੇ ਮਤਲਬ 4 ਮਹੀਨੇ ਬਾਅਦ ਨਵਾਂ ਇਨਟੇਕ ਸਟਾਰਟ ਹੋ ਜਾਂਦਾ, ਜਦੋਂ ਆਈ ਜਾਂਦੇ ਉਹਨਾਂ ਕੰਪੀਟੀਸ਼ਨ ਵੀ ਵੱਧਦਾ ਅਤੇ ਜੋਬਸ ਵੀ ਘੱਟਦੀਆਂ। ਇਸ ਲਈ ਕੋਸ਼ਿਸ਼ ਕਰੋ, ਜਿਹੜੇ 2023 ਆਉਣ ਵਾਲੇ ਟਾਈਮ 'ਚ ਆਉਣਾ ਚਾਹੁੰਦੇ ਆਓ ਜੀ, ਸੱਦ ਕੇ ਆਓ, ਬਟ ਹੋਰ ਵੀ ਸਿਟੀਜ਼ ਐਕਸਪਲੋਰ ਕਰੋ, ਹੋਰ ਵੀ ਬਹੁਤ ਸ਼ਹਿਰ ਨੇ ਕੈਨੇਡਾ ਦੇ ਵਿੱਚ, ਈਵਨ ਕਿ ਉੱਥੇ ਪੇ ਰੇਟ ਵੀ ਵੱਧ ਹੁੰਦੇ ਆ। ਮੈਂ ਜਿਵੇਂ ਗਿਆ ਸੀ ਇੱਥੋਂ ਦੀ 350-400 ਕਿਲੋਮੀਟਰ ਹੈਗਾ ਵਾ ਕੋਰਨਵਾਲ ਸ਼ਹਿਰ, ਉਹ ਇੱਕ ਛੋਟਾ ਜਿਹਾ ਸ਼ਹਿਰ ਆ, ਓਨਟੈਰੀਓ ਦੇ ਵਿੱਚ ਹੀ ਆ, ਬਟ ਉੱਥੇ ਪੇ ਰੇਟ ਇਹੀ $20 ਹਰ ਇੱਕ ਕੰਮ ਦੇ, ਕਿਉਂਕਿ ਉੱਥੇ ਸਟੂਡੈਂਟ ਘੱਟ ਸੀ। ਜੇ ਤੁਸੀਂ ਪੇ ਰੇਟ ਜ਼ਿਆਦਾ ਚਾਹੁੰਦੇ ਜੀ ਅੱਜ ਦੇ ਟਾਈਮ ਦੇ ਵਿੱਚ, ਟੋਰੋਂਟੋ ਏਰੀਆ ਅਤੇ ਵੈਂਕੂਵਰ ਵਾਲਾ ਸਾਈਡ ਦਾ ਏਰੀਆ ਛੱਡ ਕੇ ਦੂਜੇ ਪਾਸੇ ਐਕਸਪਲੋਰ ਕਰੋ, ਤੁਸੀਂ ਵਧੀਆ ਜੋਬ ਵੀ ਪਾਓਗੇ ਅਤੇ ਪੇ ਰੇਟ ਵੀ ਵਧੀਆ ਪਾਓਗੇ। ਅਕੋਰਡਿੰਗ ਟੂ ਮੀ, ਜੋ ਮੈਂ ਇੱਥੇ ਰਹਿ ਕੇ ਅਬਜ਼ਰਵ ਕੀਤਾ 6 ਮੰਥਸ ਦੇ ਵਿੱਚ, ਅਤੇ ਆਉਣ ਵਾਲੇ ਟਾਈਮ ਦੇ ਵਿੱਚ ਹੁਣ ਮੈਂ ਵੀਡੀਓ ਥੋੜ੍ਹੀਆਂ ਨੌਲੇਜੇਬਲ ਬਣਾਇਆ ਕਰੂੰਗਾ, ਵਲੋਗਿੰਗ ਵੀ ਕਰਾਂਗਾ, ਬਟ ਕਦੀ ਕਦੀ ਕਰਿਆ ਕਰਨੀ ਮੈਂ, ਓਨਲੀ ਔਨ ਸਪੈਸ਼ਲ ਓਕੇਜ਼ਨਸ। ਆਈ ਵਿਲ ਟਰਾਈ ਟੂ ਮੇਕ ਮੋਰ ਨੌਲੇਜੇਬਲ ਵੀਡੀਓਜ਼ ਅਦਰ ਦੈਨ ਟਾਈਮ ਪਾਸ ਵੀਡੀਓਜ਼। ਸੋ ਇਹ ਸੀ ਮੇਰਾ 6 ਮੰਥ ਦਾ ਐਕਸਪੀਰੀਅੰਸ ਇਨ ਕੈਨੇਡਾ। ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਆ ਤਾਂ ਜ਼ਰੂਰ ਸ਼ੇਅਰ ਕਰਨਾ, ਅਤੇ ਕਮੈਂਟ ਕਰਕੇ ਕੁਛ ਵੀ ਪੁੱਛ ਸਕਦੇ ਮੈਨੂੰ, ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ। ਉਹਦੇ 'ਚ ਗੁੱਡ ਬਾਏ, ਟੇਕ ਕੇਅਰ।